ਆਪਣੀ ਬਣਾ ਲੈ ਤੇ ਕਹਿਰ ਮਹਿਤਾਬ ਵਿਰਕ ਦੇ ਇਹਨਾਂ ਦੋਨਾਂ ਗੀਤਾਂ ਨੂੰ ਅਸੀਂ ਸਾਰਿਆਂ ਨੇ ਖੂਬ ਪਸੰਦ ਵੀ ਕੀਤਾ ਸੀ ਤੇ ਇਹਨਾਂ ਗਾਣਿਆਂ ਵਿੱਚ ਮਹਿਤਾਬ ਵਿਰਕ ਤੇ ਸੋਨੀਆ ਮਾਨ ਦੀ ਜੋੜੀ ਨੇ ਸਾਨੂੰ ਖੂਬ ਐਂਟਰਟੇਨ ਵੀ ਕੀਤਾ ਸੀ। ਸੋ ਮੈਂ ਤੁਹਾਨੂੰ ਦੱਸ ਦਵਾਂ ਕਿ ਇਹਨਾਂ ਦੋਨਾਂ ਗਾਣਿਆਂ ਦੇ ਹਿੱਟ ਤੋਂ ਬਾਅਦ ਕਾਫੀ ਗੈਪ ਤੋਂ ਬਾਅਦ ਹੁਣ ਮਹਿਤਾਬ ਵਿਰਕ ਤੇ ਸੋਨੀਆ ਮਾਨ ਇੱਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਉਣ ਵਾਲੇ ਨੇ ਸਾਨੂੰ ਆਪਣੇ ਨਵੇਂ ਗਾਣੇ ਦੇ ਵਿੱਚ, ਜਿਸ ਗਾਣੇ ਦਾ ਟਾਈਟਲ ਹੈ ਸੰਜੋਗ। ਆਓ ਪਹਿਲਾਂ ਤੁਸੀਂ ਚੈੱਕ ਕਰ ਲਓ ਸੰਜੋਗ ਗਾਣੇ ਦੇ ਇਸ ਆਫੀਸ਼ੀਅਲ ਪੋਸਟਰ ਨੂੰ। ਇਸ ਪੋਸਟਰ ਦੇ ਉੱਪਰ ਲਿਖਿਆ ਹੋਇਆ ਹੈ, ਵੇ ਵਿਰਕਾ ਸੰਜੋਗ ਤੇਰੇ ਨਾਲ ਚੱਲਣੇ, ਤੂੰ ਹੀ ਦੱਸ ਮਾਪੇ ਕਦੋਂ ਘਰ ਕੱਲਣੇ। ਸੋ ਇਹਨਾਂ ਲਾਈਨਸ ਨੂੰ ਪੜ੍ਹ ਕੇ ਮੈਨੂੰ ਲੱਗ ਰਿਹਾ ਕਿ ਇਸ ਗਾਣੇ ਵਿੱਚ ਸਾਨੂੰ ਮਹਿਤਾਬ ਵਿਰਕ ਤੇ ਸੋਨੀਆ ਮਾਨ ਦੀ ਖੂਬਸੂਰਤ ਜਿਹੀ ਜੋੜੀ ਦੇਖਣ ਨੂੰ ਮਿਲਣ ਵਾਲੀ ਹੈ, ਜਿਨ੍ਹਾਂ ਦੇ ਸੰਜੋਗ ਇਕੱਠੇ ਹੁੰਦੇ ਨੇ ਜਾਂ ਫਿਰ ਨਹੀਂ, ਇਹ ਤੇ ਸਾਨੂੰ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਇੱਥੇ ਹੁਣ ਜੇ ਮੈਂ ਗੱਲ ਕਰਾਂ ਇਸ ਗਾਣੇ ਦੀਆਂ ਡਿਟੇਲਸ ਬਾਰੇ, ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਗਾਣੇ ਨੂੰ ਗਾਉਣ ਵਾਲੇ ਨੇ ਮਹਿਤਾਬ ਵਿਰਕ ਤੇ ਇਸ ਗਾਣੇ ਵਿੱਚ ਫੀਟ ਕਰਨਗੇ ਸੋਨੀਆ ਮਾਨ। ਉੱਥੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਡਾਕਟਰ ਸ਼੍ਰੀ ਨੇ ਤੇ ਲਿਖਿਆ ਗਿਆ ਹੈ ਯੋਸ ਗੁਰੀ ਵੱਲੋਂ। ਸੋ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਗਾਣੇ ਦੀ ਰਿਲੀਜ਼ਿੰਗ ਡੇਟ ਤੇ ਹਾਲੇ ਤੱਕ ਇਹਨਾਂ ਵੱਲੋਂ ਸਾਡੇ ਨਾਲ ਸ਼ੇਅਰ ਨਹੀਂ ਕੀਤੀ ਗਈ, ਪਰ ਮੈਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਮਹਿਤਾਬ ਵਿਰਕ ਵੱਲੋਂ ਆਪਣਾ ਇਹ ਆਉਣ ਵਾਲਾ ਨਵਾਂ ਗਾਣਾ ਸੰਜੋਗ ਰਿਲੀਜ਼ ਕਰ ਦਿੱਤਾ ਜਾਵੇਗਾ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਲਦ ਹੀ ਮਹਿਤਾਬ ਵਿਰਕ ਸਾਨੂੰ ਆਪਣੀ ਇੱਕ ਨਵੀਂ ਮੂਵੀ ਦੇ ਨਾਲ ਵੀ ਖੁਸ਼ ਕਰਨ ਵਾਲੇ ਨੇ, ਜਿਸ ਮੂਵੀ ਦਾ ਟਾਈਟਲ ਹੈ ਨੀ ਮੈਂ ਸੱਸ ਕੁੱਟਣੀ। ਜੀ ਹਾਂ, ਜਿੱਥੇ ਅਸੀਂ ਸਾਰੇ ਉਹਨਾਂ ਨੂੰ ਦੇਖਾਂਗੇ ਮੂਵੀ ਨੀ ਮੈਂ ਸੱਸ ਕੁੱਟਣੀ ਦੇ ਵਿੱਚ, ਉੱਥੇ ਸਾਨੂੰ ਜਲਦ ਹੀ ਉਹ ਇੱਕ ਹੋਰ ਮੂਵੀ ਦੇ ਨਾਲ ਖੁਸ਼ ਕਰਨਗੇ, ਜਿਸ ਦਾ ਟਾਈਟਲ ਹੋਣ ਵਾਲਾ ਹੈ ਟਿਚ ਬਟਨਾ ਦੀ ਜੋੜੀ। ਸੋ ਮੈਂ ਤਾਂ ਬਹੁਤ ਐਕਸਾਈਟਡ ਹੋ ਚੁੱਕੀ ਹਾਂ 2020 ਦੇ ਵਿੱਚ ਮਹਿਤਾਬ ਵਿਰਕ ਦੀਆਂ ਇਹਨਾਂ ਦੋਨਾਂ ਹੀ ਮੂਵੀਜ਼ ਨੂੰ ਇੰਜੋਏ ਕਰਨ ਲਈ। ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਰੀਸੈਂਟਲੀ ਸੋਨੀਆ ਮਾਨ ਦਾ ਇੱਕ ਗਾਣਾ ਵੀ ਰਿਲੀਜ਼ ਹੋਇਆ, ਜਿਸ ਨੂੰ ਉਹਨਾਂ ਵੱਲੋਂ ਖੁਦ ਗਾਇਆ ਗਿਆ ਹੈ, ਜਿਸ ਗਾਣੇ ਦਾ ਟਾਈਟਲ ਸੀ ਟਿੱਕਾ। ਇਸ ਗਾਣੇ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ ਹੈ ਤੇ ਹੁਣ ਤੱਕ ਇਸ ਤੇ ਕਾਫੀ ਵਾਇਰਲ ਵੀਡੀਓਜ਼ ਵੀ ਸਾਨੂੰ ਦੇਖਣ ਨੂੰ ਮਿਲੀਆਂ ਨੇ। ਉਸ ਤੋਂ ਇਲਾਵਾ ਅਸੀਂ ਰੀਸੈਂਟਲੀ ਉਹਨਾਂ ਦੀ ਮੂਵੀ ਵੀ ਇੰਜੋਏ ਕੀਤੀ ਹਿਮੇਸ਼ ਰੇਸ਼ਮੀਆ ਦੇ ਨਾਲ, ਜਿਸ ਮੂਵੀ ਦਾ ਟਾਈਟਲ ਸੀ ਹੈਪੀ ਹਾਰਡੀ ਐਂਡ ਹੀ। ਇਸ ਮੂਵੀ ਵਿੱਚ ਇਹਨਾਂ ਦੋਨਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਤੇ ਇਹ ਮੂਵੀ ਸੁਪਰਹਿੱਟ ਵੀ ਰਹੀ ਹੈ। ਇਹਦੀ ਹੁਣ ਜੇ ਮੈਂ ਗੱਲ ਕਰਾਂ ਮਹਿਤਾਬ ਵਿਰਕ ਦੇ ਹੁਣ ਤੱਕ ਦੇ ਸੁਪਰਹਿੱਟ ਟ੍ਰੈਕਸ ਦੀ, ਤੇ ਉਹਨਾਂ ਵਿੱਚ ਨਾਮ ਆਉਂਦਾ ਹੈ ਹਾਰ ਜਾਨੀਆਂ, ਕੜਾ ਵਰਸਿਸ ਕੰਗਣਾ, ਝਿੜਕਾਂ, ਹਾਂਜੀ ਹਾਂਜੀ ਅਤੇ ਕਈ ਹੋਰ। ਸੋ ਜਿੱਥੇ ਮਹਿਤਾਬ ਵਿਰਕ ਤੇ ਸੋਨੀਆ ਮਾਨ ਦੇ ਅਸੀਂ ਬਾਕੀ ਪ੍ਰੋਜੈਕਟਸ ਨੂੰ ਇੰਜੋਏ ਕੀਤਾ, ਉਹਨਾਂ ਦੇ ਇਕੱਠੇ ਗਾਣਿਆਂ ਨੂੰ ਇੰਜੋਏ ਕੀਤਾ, ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਆਉਣ ਵਾਲੇ ਇਸ ਗਾਣੇ ਸੰਜੋਗ ਨੂੰ ਵੀ ਅਸੀਂ ਸਾਰੇ ਖੂਬ ਪਸੰਦ ਕਰਾਂਗੇ। ਬਾਕੀ ਮੈਂ ਤਾਂ ਬਹੁਤ ਐਕਸਾਈਟਡ ਹੋ ਚੁੱਕੀ ਹਾਂ ਇਸ ਗਾਣੇ ਲਈ, ਤੁਸੀਂ ਕਿੰਨੇ ਕੁ ਐਕਸਾਈਟਡ ਹੋ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੇ ਨਵੀਆਂ ਅਤੇ ਇੰਟਰਸਟਿੰਗ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com, ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰੋਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।